ਦੇ ਸ਼ਿਮਲਾ ਪੁਲਿਸ ਸਥਿਤ ਹਰਕ੍ਰਿਸ਼ਨ ਨਗਰ ਦੇ ਵਿੱਚ ਟਾਵਰ ਲਗਾਉਣ ਨੂੰ ਲੈ ਕੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਰਾਤ ਦੇ ਸਮੇਂ ਲੋਕਾਂ ਨੇ ਆਏ ਮਾਲਕ ਨੂੰ ਹੀ ਘੇਰ ਲਿਆ। ਇਸ ਦੌਰਾਨ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਜਿੱਥੇ ਉਹਨਾਂ ਕਿਹਾ ਕਿ ਸਟਾਫ ਦੇ ਨਾਲ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਉੱਥੇ ਹੀ ਕਰੰਟ ਜਿਹੀ ਸਥਿਤੀ ਵੀ ਮਹਿਸੂਸ ਹੋ ਰਹੀ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਮੇਰਾ ਨਾਮ ਪ੍ਰਿੰਸੀਪਲ ਹੈ। ਇਹ ਹਰਕਿਸ਼ਨ ਨਗਰ ਦਾ ਮਾਮਲਾ, ਸ਼ਿਮਲਾਪੁਰੀ ਹਰਕਿਸ਼ਨ ਨਗਰ ਦਾ। ਇੱਥੇ ਇੱਕ ਟਾਵਰ ਨੂੰ ਲੱਗਣ ਲੈ ਕੇ ਮੁਹੱਲੇ ਵਾਲਿਆਂ ਦਾ ਵਿਰੋਧ ਸੀ ਕਾਫੀ ਸਮੇਂ ਤੋਂ। ਇਸ ਗੱਲ ਲਈ ਜਦੋਂ ਜਾਇਜ਼ ਚੱਲ ਰਹੀ ਆ ਕਿ ਇਹ ਟਾਵਰ ਨਾ ਲਾਇਆ ਜਾਵੇ। ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਦਾਇਰ ਕੀਤੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਵੀ ਔਰ ਸੰਬੰਧਿਤ ਅਧਿਕਾਰੀਆਂ ਨੂੰ। ਤਾਂ ਉਹਦੇ ਨਾਲ ਲੱਗਦੇ ਇਹਨਾਂ ਦੇ ਇੱਕ ਟਾਵਰ, ਜਦੋਂ ਉਹ ਇਸ ਗੱਲ ਦੀ ਇਹਨਾਂ ਨੇ ਕਾਰਵਾਈ ਕੀਤੀ ਤਾਂ ਉਹ ਆ ਕੇ ਉਹ ਸੀਲ ਲਗਾ ਕੇ, ਜਿਹਦੀਆਂ ਕਿ ਆਹ ਦੇਖੋ ਦੋਨੇ ਫੋਟੋਆਂ ਨੇ, ਪਹਿਲਾਂ ਇਹਨਾਂ ਦੀ ਆਹ ਦੇਖੋ ਤੁਸੀਂ, ਇੱਦਾਂ ਚੱਲਦਾ ਸੀਗਾ, ਇਹਨੂੰ ਲੌਕ ਲੱਗਾ ਸੀ। ਆਫਟਰ ਦੈਨ ਇਹਦੇ ਬਾਅਦ ਜਦੋਂ ਹੋਈ ਕਾਰਵਾਈ ਤਾਂ ਸੀਲਾਂ ਲੱਗ ਗਈਆਂ, ਠੀਕ ਹੈ ਜੀ, ਕਾਰਪੋਰੇਸ਼ਨ ਵੱਲੋਂ ਲੱਗ ਗਈਆਂ। ਹੁਣ ਪਰਸੋਂ ਰਾਤੀ ਸ਼ੁੱਕਰਵਾਰ ਇਹਨਾਂ ਨੇ ਜਿਹੜਾ ਟਾਵਰ ਸੀ ਉਹ ਪਹਿਲਾਂ ਫੁੱਲੀ ਉਹਨੂੰ ਕਰਤਾ, ਮਤਲਬ ਬਿਲਕੁਲ ਹੀ ਖੋਲ੍ਹ ਲਿਆ ਸੀ ਅਤੇ ਉਹ ਲਾ ਤਾ ਜੜ ਤੋਂ। ਅਤੇ ਉਦੋਂ ਬਾਅਦ ਰਾਤ ਨੂੰ ਜਦੋਂ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ, 12 ਵਜੇ ਤੱਕ ਤਾਂ ਨੋਰਮਲ ਸੀ ਸਾਰਾ ਕੁਛ, ਸਾਰੇ ਜਾਗਦੇ ਹੀ ਸੀ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋ ਦਮ ਟਾਵਰ ਵੀ ਲੱਗਿਆ ਹੋਇਆ ਸੀ ਔਰ ਜਿਹੜੀ ਉਹਨਾਂ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ। ਟਾਵਰ ਰੋਜ਼ ਮਤਲਬ ਨਿਰੰਤਰ ਚੱਲ ਰਿਹਾ, ਇਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ, ਉਹ ਸਾਰੇ ਤਰ੍ਹਾਂ ਚੱਲ ਰਿਹਾ। ਹੁਣ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਘਰੇ ਟਾਵਰ ਲੱਗਿਆ, ਉਹ ਕਹਿੰਦੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਕੰਪਨੀ ਨੂੰ ਗੱਲ ਆ ਵੀ ਗੱਲ ਤਾਂ ਇਹ ਆ ਵੀ ਇੱਕ ਗੱਲ ਕਰਕੇ ਸਾਰਾ ਮਹੱਲਾ ਜੇ ਪਰੇਸ਼ਾਨ ਹੋ ਰਿਹਾ ਤਾਂ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਕਈ ਲੋਕਾਂ ਨੂੰ ਇੱਥੇ ਮਤਲਬ ਨੇੜੇ ਦੇ ਜਿਹੜੇ ਬਿਲਕੁਲ ਨਾਲ ਲੱਗਦੇ ਘਰ ਆ, ਉਹਨਾਂ 'ਚ ਮਰੀਜ਼ ਨੇ, ਬਜ਼ੁਰਗ ਨੇ, ਜਿਨ੍ਹਾਂ ਨੂੰ ਕਿ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ, ਕਿਸੇ ਨੂੰ ਕੁਛ ਆ, ਔਰ ਦਿੱਕਤ ਫੀਲ ਕਰ ਰਹੇ ਆ। ਆਹ ਬਿਲਕੁਲ ਨਾਲ ਦੇ ਘਰ ਦੇ ਵਿੱਚ ਆ ਭਾਈ ਸਾਹਿਬ ਰਹਿੰਦੇ, ਉਹਨਾਂ ਦੇ ਸਟੰਟ ਪਏ ਹੋਏ ਨੇ, ਉਹਨਾਂ ਨੂੰ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਆ, ਘਰਾਂ 'ਚ ਕਰੰਟ ਆ ਰਿਹਾ। ਹੁਣ ਇਹ ਸਾਨੂੰ ਲੈਟਰ ਇਸ ਗੱਲ ਦੀ ਦਿਖਾ ਰਿਹਾ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਵੀ ਸਾਡੇ ਵੱਲੋਂ ਜਿਹੜਾ ਟਾਵਰ ਆ ਅਸੀਂ ਬੰਦ ਆ, ਅਸੀਂ ਚਲਾਨ ਨਹੀਂ ਦੇ ਰਹੇ, ਵੀ ਅਸੀਂ ਜਿਹੜੇ ਪੈਸੇ ਲਏ ਆ ਜਦ ਤੱਕ ਉਹਨਾਂ ਦੀ ਭਰਪਾਈ ਨਹੀਂ ਹੁੰਦੀ ਕੰਪਨੀ ਉਹ ਜਿਹੜਾ ਟਾਵਰ ਆ ਉਹ ਸਾਡਾ ਨਹੀਂ ਲਾ ਰਹੇ। ਹੁਣ ਇਸ ਗੱਲ ਦਾ ਦੇਖੋ ਖਮਿਆਜਾ ਮੁਹੱਲੇ ਵਾਲੇ ਤਾਂ ਨਹੀਂ ਭੁਗਤ ਸਕਦੇ। ਮਸਲਾ ਇਹ ਆ ਵੀ ਇੱਕ ਗੱਲ ਕਰਕੇ ਦੇਖੋ, ਜੇ ਸਾਰਿਆਂ ਨੂੰ ਇੱਕ ਚੀਜ਼ ਤੋਂ ਪ੍ਰੋਬਲਮ ਆ ਆਪਾਂ ਕਰੀਏ ਕਿਉਂ? ਉਹ ਜਦ ਮੁਹੱਲੇ 'ਚ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਟਾਵਰ ਨਹੀਂ ਚੱਲਣਾ ਚਾਹੀਦਾ, ਤਾਂ ਫਿਰ ਇਹ ਚੱਲ ਕਿਉਂ ਰਿਹਾ ਹੈਗਾ? ਭਾਜੀ 3 ਸਾਲ ਦਾ ਐਗਰੀਮੈਂਟ ਇਹਨਾਂ ਨੇ ਕੰਪਨੀ ਦੇ ਨਾਲ ਕੀਤਾ ਵਾ, ਮੁਹੱਲੇ ਵਾਲਿਆਂ ਨੇ ਥੋੜ੍ਹੀ ਕੀਤਾ ਵਾ। ਮੁਹੱਲੇ ਵਾਲਿਆਂ ਨੇ ਤਾਂ ਕੋਈ ਐਗਰੀਮੈਂਟ ਨਹੀਂ ਕੀਤਾ, ਮੁਹੱਲੇ ਵਾਲਿਆਂ ਨੂੰ ਇਸ ਗੱਲ ਤੋਂ ਪਰੇਸ਼ਾਨੀ ਆ ਰਹੀ ਆ। ਦੇਖੋ ਅਗਲਾ ਸਟੈਪ ਕੀ ਹੋਊਗਾ? ਅਗਲਾ ਸਟੈਪ ਇਹ ਆ ਵੀ ਅਸੀਂ ਜੇ ਇਸ ਗੱਲ ਦੇ ਆ ਬਿਲਕੁਲ ਨਾ ਵਿਰੋਧ ਹੈ ਤਾਂ ਅਸੀਂ ਬਿਲਕੁਲ ਆ ਮੇਨ ਰੋਡ ਦੇ ਉੱਤੇ ਜਾ ਕੇ ਮੇਨ ਰੋਡ ਜਾਮ ਕਰਾਂਗੇ, ਉੱਥੇ ਜਾ ਕੇ ਧਰਨਾ ਲਾਵਾਂਗੇ। ਅਸੀਂ ਕਈ ਵਾਰੀ ਇੱਥੇ ਪੂਰਵ ਵਿਧਾਇਕ ਜਿਹੜੇ ਇੱਥੇ ਮਤਲਬ ਮੌਜੂਦਾ ਵਿਧਾਇਕ ਕੋਲ ਵੀ ਗਏ ਸੀਗੇ ਜਿਹੜੇ ਇੱਥੇ ਸੰਬੰਧਿਤ ਨੇ, ਉਹਨਾਂ ਕੋਲ ਵੀ ਗਏ ਅਤੇ ਉਹਨਾਂ ਨੇ ਵੀ ਆਪਣਾ ਮਤਲਬ ਕੋਈ ਇੰਨਾ ਰਾਹ ਸਿਰਾ ਨਹੀਂ ਫੜਾਇਆ। ਮੁਹੱਲੇ ਵਾਲੇ ਗਏ ਸੀ, MLA ਸਾਹਿਬ ਕੋਲ ਗਏ ਸੀ, ਕੋਈ ਉਹਨਾਂ ਨੇ ਸੁਣੀ ਥੋੜ੍ਹੀ ਜੀ? ਉਹਨਾਂ ਨੇ ਵੀ ਨਹੀਂ ਸੁਣੀ। ਫਿਰ ਉਸ ਤੋਂ ਬਾਅਦ ਇੱਕ ਪੂਰਵ ਵਿਧਾਇਕ ਸੀਗੇ ਜਿਹੜੇ ਇਲਾਕੇ ਦੇ, ਉਹਨਾਂ ਨੇ ਕੁਛ ਮਾੜੀ ਜਿਹੀ ਕਰਾਈ ਅਤੇ ਆਹ ਸੀਲ ਜਿਹੜੀ ਆ ਉਦੋਂ ਲੱਗ ਗਈ ਸੀ, ਜਿਹੜੀ ਉਹਨਾਂ ਨੇ ਮੁਹੱਲੇ ਵਾਲਿਆਂ ਦਾ ਦੁੱਖ ਨੂੰ ਸਮਝ ਜੀ। ਔਰ ਉਸ ਤੋਂ ਬਾਅਦ ਮਤਲਬ ਹੁਣ ਮੌਜੂਦਾ ਹਾਲਾਤ ਇਹ ਆ ਵੀ ਉਹ ਉਸ ਤੋਂ ਬਾਅਦ ਫਿਰ ਇੱਕ ਨਵਾਂ ਮਤਲਬ ਉਹਨੂੰ ਪਹਿਲਾਂ ਮਤਲਬ ਖੋਲ੍ਹ ਕੇ ਇੱਕ ਨਵਾਂ ਉੱਥੇ ਟਾਵਰ ਜਿਹੜਾ ਵਾ ਇੰਸਟਾਲ ਕਰਤਾ ਗਿਆ ਹੈਗਾ। ਮੰਗ ਹੁਣ ਸਾਡੀ ਇਹੀ ਹੈ ਵੀ ਇਹ ਜਿਹੜਾ ਟਾਵਰ ਆ ਬਿਲਕੁਲ ਬੰਦ ਹੋਣਾ ਚਾਹੀਦਾ, ਜਿਹਦੇ ਕਰਕੇ ਕਿ ਮੁਹੱਲੇ ਵਾਲਿਆਂ ਨੂੰ ਦਿੱਕਤ ਆ ਰਹੀ ਹੈ, ਇੱਥੇ ਬੱਚੇ ਵੀ ਨੇ ਔਰ ਇੱਥੇ ਬਹੁਤ ਜ਼ਿਆਦਾਤਰ ਜਿਹੜੇ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਓਵਰ ਏਜ ਲੋਕ ਨੇ, ਜਿਹੜੇ ਬਜ਼ੁਰਗ ਰਹਿੰਦੇ ਨੇ, ਬੱਚੇ ਰਹਿੰਦੇ ਨੇ, ਜਿਨ੍ਹਾਂ ਦਾ ਕਿ ਇਸ ਰੇਡੀਏਸ਼ਨ ਦੇ ਨਾਲ ਜਿਨ੍ਹਾਂ ਨੂੰ ਦਿੱਕਤ ਆ ਰਹੀ ਆ, ਲੋਕਾਂ ਨੂੰ ਇਹ ਮਤਲਬ ਕਰੰਟ ਫੀਲ ਹੋ ਰਿਹਾ ਵਾ ਘਰਾਂ ਦੇ ਵਿੱਚ ਕਿਸੇ ਅਰਥਿੰਗ ਕਾਰਨ ਜਾਂ ਕਿਸੇ ਵੀ ਮਤਲਬ ਗੱਲ ਕਰਕੇ, ਉੱਥੇ ਇਹਨਾਂ ਨੂੰ ਲੋਕਾਂ ਨੂੰ ਕਰੰਟ ਵੀ ਫੀਲ ਹੁੰਦਾ ਇਸ ਮੁਹੱਲੇ ਦੇ ਵਿੱਚ।
ਮਤਲਬ ਦੇਖੋ ਜਿਹੜੇ ਵੀ ਇਹਦੇ ਦੁਸ਼ ਪ੍ਰਭਾਵ ਨੇ ਉਹ ਸਾਰੇ ਹੀ ਹੋ ਰਹੇ ਆ। ਠੀਕ ਹੈ, ਨਮਸਕਾਰ ਜੀ, ਮੇਰਾ ਨਾਮ ਭਾਰਤ ਭੂਸ਼ਣ ਹੈ, ਇਹ ਸਾਹਮਣੇ ਵਾਲਾ ਘਰ ਮੇਰਾ ਹੈ ਤੇ ਇਹ ਸਾਹਮਣੇ ਬਿਲਕੁਲ ਜਿਹੜਾ ਜਿਹਨਾਂ ਨੇ ਟਾਵਰ ਲਗਵਾਇਆ ਇਹ ਮੁੱਦਾ ਤਕਰੀਬਨ 8-9 ਮਹੀਨੇ ਤੋਂ ਚੱਲ ਰਿਹਾ ਹੈ। ਇਸ ਬੰਦੇ ਨੇ ਉਸ ਟਾਈਮ ਵੀ ਰਾਤ ਨੂੰ ਹੀ ਇਹ ਟਾਵਰ ਜਿਹੜਾ ਹੈਗਾ ਇੰਸਟਾਲ ਕੀਤਾ, ਜਿਹੜਾ ਕਿ ਲੋਕਾਂ ਨੇ ਸਵੇਰੇ ਉੱਠ ਕੇ ਦੇਖਿਆ ਵੀ ਲੱਗਿਆ ਹੋਇਆ। ਇਹ ਬੰਦਾ ਇੱਦਾਂ ਦਾ ਹੈ ਕਿ ਮੁਹੱਲੇ ਦੇ ਵਿੱਚ ਰਹਿੰਦੇ ਹੋਏ ਬਾਕੀ ਬੰਦਿਆਂ ਤੋਂ ਵੀ ਚੋਰੀ ਕਰ ਰਿਹਾ ਨਾ ਕੰਮ, ਫਿਰ 2:30-3 ਵਜੇ ਜਿਹੜਾ ਕਰਨਾ ਇੰਨਾ ਦਮ ਹੈਗਾ ਸਵੇਰੇ ਕਰੇ ਬੰਦਾ। ਉਸ ਟਾਈਮ ਇਹਨੇ ਕਰਵਾਇਆ, ਸਾਰੇ ਮੁਹੱਲੇ ਨੇ ਫਿਰ ਵਿਰੋਧ ਕੀਤਾ, ਮੈਂ ਉਤਾਰ ਦੂੰਗਾ, ਕਰ ਦੂੰਗਾ, ਜੇ ਉਹ ਚਲੋ ਚੱਲਦਾ ਰਿਹਾ। ਠੀਕ ਹੈ, ਉਸ ਤੋਂ ਬਾਅਦ ਅਸੀਂ ਆਪਣੇ ਮੁਹੱਲੇ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ, ਅਸੀਂ ਪੁਲਿਸ ਸਟੇਸ਼ਨ ਗਏ, ਅਸੀਂ MLA ਮੈਡਮ ਕੋਲ ਗਏ, DC ਅਤੇ ਕਾਰਪੋਰੇਸ਼ਨ ਆਫਿਸ ਦਿੱਤੀ, ਹਰ ਜਗ੍ਹਾ ਅਸੀਂ ਇਹਦੀ ਐਪਲੀਕੇਸ਼ਨ ਦਿੱਤੀ। ਚਲੋ ਕਿਸੇ ਤਰੀਕੇ ਆ ਸੀਲਡ ਵੀ ਹੋ ਗਿਆ ਇਹ, ਠੀਕ ਹੈ, ਤੁਹਾਡੇ ਸਾਹਮਣੇ ਹੈ। ਉਸ ਤੋਂ ਬਾਅਦ ਮੁਹੱਲੇ ਨੂੰ ਸੰਤੁਸ਼ਟੀ ਹੋ ਗਈ, ਬੰਦ ਪਿਆ, ਸੀਲ ਹੈ, ਨਹੀਂ ਦਿੱਕਤ ਹੈਗੀ। ਉਸ ਤੋਂ ਬਾਅਦ ਅਨਇੰਸਟਾਲ ਹੋ ਗਿਆ, ਉੱਤਰ ਕੇ ਵੀ ਲੈ ਗਿਆ ਸਭ ਕੁਛ। ਚਲੋ ਫਿਰ ਉਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਇਹ 2:30-3 ਵਜੇ, ਮਤਲਬ ਜੋ ਵੀ ਹੈ ਅੱਧੀ ਰਾਤ ਨੂੰ ਜਦੋਂ ਸੁੱਤੇ ਹੁੰਦੇ ਆ ਲੋਕ, ਜਿਹੜੇ ਚੋਰਾਂ ਵਾਲੇ ਕੰਮ ਹੁੰਦੇ ਆ ਆਪਾਂ ਲੁਕ ਚੁੱਪ ਕੇ ਕਰਨੇ ਆ, ਉਸ ਟਾਈਮ ਉਹ ਚੋਰ ਨੇ ਕੀਤੇ ਔਰ ਰਾਤ ਨੂੰ ਆਪਣਾ ਇਹ ਸਵੇਰੇ ਫਿਰ ਲੋਕਾਂ ਨੇ ਲੱਗਿਆ ਹੋਇਆ ਦੇਖਿਆ। ਇੰਨਾ ਹੀ ਮੁਹੱਲੇ ਦੇ ਵਿੱਚ ਰਹਿਣਾ, ਲੋਕਾਂ ਦੇ ਨਾਲ ਇੱਦਾਂ ਦਾ ਕੰਮ ਕਰਨਾ, ਲੋਕਾਂ ਨੂੰ ਤਕਲੀਫ ਹੈ। ਠੀਕ ਹੈ, ਉਹ ਬੰਦਾ ਜਿਹਦੇ ਘਰੇ ਟਾਵਰ ਲੱਗਣਾ ਜਾਂ ਕੋਈ ਹੋਰ ਹੈ, ਫ੍ਰੀ ਦੀ ਇਨਕਮ ਆਉਂਦੀ ਹੈ ਨਾ, ਬੰਦਾ ਇੰਨਾ ਹੋ ਜਾਂਦਾ ਉਹਨੂੰ ਬਾਕੀ ਚੀਜ਼ਾਂ ਦੀ ਦਿੱਕਤ ਨਹੀਂ ਦਿਖਦੀ। ਆਹ ਜਿਹੜੇ ਇੰਨੇ ਖੜੇ ਆ ਇਹਨਾਂ ਦੀ ਕੋਈ ਦਿੱਕਤ ਨਹੀਂ ਦਿਖਣੀ, ਉਹਨੂੰ ਆਪਣਾ ਇਕੱਲਾ ਸਹੀ ਦੱਕੂਗਾ, ਕੰਪਨੀ ਨੂੰ ਇਹ ਕਹਿਤਾ ਉਹ ਕਹਿਤਾ, ਉਹੀ 8-9 ਮਹੀਨੇ ਤੋਂ ਚੱਲ ਰਿਹਾ। ਸਾਡੀ ਮੰਗ ਇਹ ਹੈ ਕਿ ਯਾਰ ਉਤਰਨਾ ਚਾਹੀਦਾ, ਉਹ ਕਹਿੰਦਾ ਵੀ ਬੰਦ ਹੈ ਤਾਂ ਬੰਦ ਹੈ, ਠੀਕ ਹੈ ਜੇ ਬੰਦੀ ਹੈ ਉਤਾਰ ਦਿਓ ਉਹਨੂੰ, ਦਿੱਕਤ ਹੈਗੀ ਹੈ ਸਾਨੂੰ, ਪਰੇਸ਼ਾਨੀ ਹੈ, ਆਹ ਸਾਡੀ ਮੰਗ ਹੈ। ਤੇ ਹੁਣ ਦੇਖ ਲਓ, ਨਹੀਂ ਕਿਸ ਤੇ ਨਾ ਬੰਦ ਹੋਇਆ ਅਗਲਾ, ਤੇ ਨਾ ਬੰਦ ਹੋਇਆ ਤਾਂ ਦੇਖੋ ਜਿਸ ਤਰੀਕੇ ਨਾਲ ਹੈਗਾ, ਜੇ ਜ਼ਿਆਦਾ ਗਰੋਸ਼ ਹੋ ਗਿਆ ਤੇ ਇੱਥੇ ਗਲਤ ਵੀ ਹੋ ਸਕਦਾ ਕਿਸੇ ਦੇ ਤਰੀਕੇ ਨਾਲ ਕੰਮ। ਤੁਸੀਂ ਹੁਣ ਦੁਬਾਰਾ ਤੋਂ ਅਧਿਕਾਰੀਆਂ ਦੇ ਨਾਲ ਮਿਲੋਗੇ? ਹਾਂਜੀ, ਪਹਿਲਾਂ ਸੀਲ ਲਗਾਤੀ ਸੀ, ਕਹਿੰਦੇ ਫਿਰ ਉਹ ਲਗਾਤੀ, ਹੁਣ ਉੱਥੇ ਗੱਲ ਕਰਾਂਗੇ ਵੀ ਅਜੇ ਤੁਸੀਂ ਕਿਹਾ ਸੀ ਸੀਲਡ ਹੀ ਕਰਤਾ, ਬੰਦ ਹੀ ਹੈ, ਫਿਰ ਕਿੱਦਾਂ ਚੱਲ ਗਿਆ? ਪਰਸੋਂ ਚੱਲਿਆ ਇਹ, ਕੱਲ੍ਹ ਸੰਡੇ ਵਾਲੇ ਦਿਨ ਵੀ ਚਲਾਇਆ ਇਹਨੇ, ਫਿਰ ਉਸ ਤੋਂ ਬਾਅਦ ਜਦੋਂ ਦੂਜੇ ਨੂੰ ਦੱਸਿਆ ਉਹਨਾਂ ਨੇ ਦੇਖਿਆ ਚੱਲਦਾ ਪਿਆ, ਉਹ 5 ਮਿੰਟ ਬਾਅਦ ਦੇਖ ਲਿਆ ਉਹਨਾਂ ਨੇ ਵੀ ਨਜ਼ਰ ਨਾਲ ਨਜ਼ਰ ਮਿਲ ਗਈ, ਅੰਦਰ ਜਾ ਕੇ ਸਵਿਚ ਆਫ ਕਰਤੀ, ਬੰਦ ਕਰਤਾ। ਆਹ ਦੇਖਿਆ ਆਇਆ ਸੀ ਸਰ, ਉਹਨਾਂ ਨੇ ਸੀਨਾ ਮੈਡਮ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਇਹਨਾਂ ਨੂੰ ਸਿੱਧੂ ਸਾਹਿਬ ਕੋਲ ਜਾਓ, ਜਦਕਿ ਸਾਡਾ ਵਾਰਡ ਸੀਨਾ ਮੈਡਮ ਦਾ ਪਿੰਡ ਹੈ, ਉਹਨਾਂ ਨੇ ਸਾਨੂੰ ਕਹਿਤਾ ਸਿੱਧੂ ਸਾਹਿਬ ਕੋਲ ਜਾਓ, ਐਪਲੀਕੇਸ਼ਨ ਪਈ ਹੈ, ਉਹਨਾਂ ਕੋਲ ਹੀ ਚੱਲ ਜਾਂਗੇ ਸਵੇਰੇ, ਉਹਨਾਂ ਨੂੰ ਦੇ ਕੇ ਆਏ ਜੀ, ਐਪਲੀਕੇਸ਼ਨ ਹੈ ਸਾਡੇ ਕੋਲ, ਦੁਬਾਰਾ ਮਿਲੋਗੇ? ਦੁਬਾਰਾ ਮਿਲਾਂਗੇ ਵੀ, ਤੁਸੀਂ ਸੀਲ ਲਗਾਤੀ ਸੀ, ਬੰਦ ਹੋ ਗਿਆ ਸੀ, ਇਹ ਫਿਰ ਕਿੱਦਾਂ ਚੱਲ ਗਿਆ? ਗੱਲਬਾਤ ਕਰਨ ਆਏ, ਇਹਨਾਂ ਨੇ ਕੀ ਕਿਹਾ? ਇਹਨਾਂ ਨਾਲ ਆਪਾਂ ਗੱਲ ਨਹੀਂ ਕੀਤੀ ਜੀ, ਇਹ ਕਹਿੰਦੇ ਸਾਡੇ ਤੇ ਗੱਲ ਕਰਨਗੇ ਤੇ ਪਰਚਾ ਪਵਾ ਦਾਂਗੇ, ਇਹ ਕਰਾ ਦਾਂਗੇ, ਉਹ ਕਰਾ ਦਾਂਗੇ, ਸਾਨੂੰ ਲੱਗਦਾ ਡਰ, ਅਸੀਂ ਨਹੀਂ ਕਰਨਗੇ ਇਹ ਗੱਲ ਕਿਸੇ ਨਾਲ। ਠੀਕ ਹੈ, ਸਾਨੂੰ ਤਕਲੀਫ ਹੈਗੀ, ਇਹ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਆ ਬਾਕੀ ਵੀ ਖੜਿਆ ਕਿਸੇ ਨੂੰ ਹੋਰ ਨੂੰ ਪੁੱਛ ਲਓ, ਮੈਨੂੰ ਇਕੱਲੇ ਨੂੰ ਦਿੱਕਤ ਹੋਵੇ, ਮੇਰੀ ਕੋਈ ਪਰਸਨਲ ਰੰਜਿਸ਼ ਹੈ ਇਸ ਬੰਦੇ ਨਾਲ, ਕੋਈ ਮਤਲਬ ਨਹੀਂ ਮੈਨੂੰ ਇਹਦੇ ਨਾਲ, ਜਾਂ ਬਾਕੀ ਮਹੱਲਿਆਂ ਵਾਂਗੂ ਰਹਿੰਦੇ ਸਾਰੇ ਬੰਦੇ ਪਿਆਰ ਨਾਲ ਰਹਿੰਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਨਾਲ, ਰਹਿੰਦੇ ਹੀ ਸੀ ਚੰਗਾ ਭਲਾ ਕੰਮ ਕਰਦਾ, ਖਾਂਦਾ ਪੀਂਦਾ, ਆਟਾ ਘਟਾ ਹੋਇਆ, ਇੱਦਾਂ ਜ਼ਰੂਰੀ ਕਰਨਾ ਕੰਮ। ਔਰ ਉਹ ਇੱਕ ਚੀਜ਼ ਹੋਰ ਦੱਸਾਂ, ਇਹ ਸਾਹਮਣੇ ਟਾਵਰ ਲੱਗ ਰਿਹਾ ਜੀ ਇਸ ਘਰ ਦੇ ਵਿੱਚ ਵੱਡੇ ਵਾਲਾ, ਉਹਦੇ ਵਿਰੋਧ ਦੇ ਵਿੱਚ ਇਹ ਬੰਦਾ ਪਹਿਲਾਂ ਸੀ, ਮੇਰੇ ਕੋਲੋਂ ਪਹਿਲਾਂ ਹੀ ਸੈਨ ਵੀ ਪਏ ਨੇ ਉਹਦੇ ਵਿੱਚ, ਇਸ ਬੰਦੇ ਦੇ ਸੈਨ ਨੇ ਕਿ ਟਾਵਰ ਨਹੀਂ ਲੱਗਣਾ ਚਾਹੀਦਾ। ਜਦੋਂ ਉੱਥੇ ਇਹਨੂੰ ਉਤਰਾਇਆ ਸੀ, ਆਪਣੇ ਘਰੇ ਲਗਵਾਉਣ ਦੇ ਵਿੱਚ ਕਿੱਦਾਂ ਰਾਈਟ ਹੋ ਗਿਆ, ਕਿੱਦਾਂ ਇਹ ਓਕੇ ਹੋ ਗਿਆ, ਮੈਨੂੰ ਇਹ ਸਮਝ ਨਹੀਂ ਆ ਰਹੀ। ਅੱਜ ਇਹ ਬੰਦਾ ਭਾਵ ਜੋ ਵੀ ਇਹਨੂੰ 5-7 ਹਜ਼ਾਰ ਮਿਲਣਾ, ਉਹਦੇ ਵਿੱਚ ਇੰਨਾ ਹੀ ਹੋ ਗਿਆ ਕਿ ਇਹਨੂੰ ਬਾਕੀ ਬੰਦੇ ਦੀ ਦਿੱਕਤ ਨਹੀਂ ਦਿਖ ਰਹੀ, ਕੋਈ ਸਾਲਾ ਐਡੀ ਵੱਡੀ ਗੱਲ ਨਹੀਂ ਹੁੰਦੀ ਇਹ 5-7 ਹਜ਼ਾਰ ਰੁਪਇਆ। ਬੰਦਾ ਪਰਮਾਤਮਾ ਹੱਥ ਠੀਕ ਰੱਖੇ, ਬਹੁਤ ਕੁਝ ਕਰ ਲੈਂਦਾ ਹੁੰਦਾ ਬੰਦਾ, ਪਰ ਨਹੀਂ ਲੋਕਾਂ ਨੂੰ ਦੁਖੀ ਦੇਖ ਕਰਕੇ ਤੇ ਆਪਣੇ ਵਾਸਤੇ ਪੈਸੇ ਕਮਾਉਣੇ, ਇਹ ਤਾਂ ਮੈਂ ਠੀਕ ਨਹੀਂ ਕਹੂੰਗਾ। ਬਹੁਤ ਕੁਝ ਕਿਹਾ ਉਹਨੇ ਬੰਦੇ ਨੂੰ, ਬਾਕੀ ਨੂੰ ਤਕਲੀਫ ਹੁੰਦੀ ਹੈ, ਜੇ ਹੁੰਦੀ ਆ, ਸਾਨੂੰ ਹੁੰਦੀ ਹੈ ਜੀ, ਸਾਨੂੰ ਹੈਗੀ, ਇਸ ਤੋਂ ਪਹਿਲਾਂ ਨਹੀਂ ਸੀ। ਥੈਂਕ ਯੂ। ਟਾਵਰ ਨੀ ਚੱਲਣ ਦੇਣਾ, ਸਾਨੂੰ ਤਕਲੀਫ ਕੱਲ ਨੂੰ ਹੋ ਸਕਦੀ, ਆਂਢੀ ਗੁਆਂਢੀਆਂ ਸਾਰਿਆਂ ਨੂੰ ਮੁਸ਼ਕਲ। ਪਰਸੋਂ ਇਹਨਾਂ ਨੂੰ ਚਾਲੂ ਵੇ ਕੀਤਾ, ਇਹਨਾਂ ਚੋਰੀ ਲਾਇਆ ਰਾਤੀ, ਦਿਨ ਵੇਲੇ ਨੀ ਲੱਗਾ, ਚੋਰੀ ਲੱਗਾ ਵੇ, ਨਹੀਂ ਚੱਲਦਾ, ਇਹ ਝੂਠ ਬੋਲਦੇ ਨੇ, ਇਹ ਝੂਠ ਬੋਲਦੇ ਨੇ, ਇਹ ਚੋਰੀ ਲਾਇਆ, 2 ਦਿਨ ਹੋ ਗਿਆ।
ਮੇਰਾ ਨਾਮ ਅਮਰਤ ਆ ਯਾਰ। ਕਿਹੜੀ ਜਗ੍ਹਾ ਦਾ ਮਾਮਲਾ ਇਹ? ਇਹ ਸ਼ਿਮਲਾਪੁਰੀ ਹਰਕ੍ਰਿਸ਼ਨ ਨਗਰ ਕੀ ਹੈ? ਕੀ ਆ, ਕਿਉਂ ਇਕੱਠੇ ਹੋਏ ਤੁਹਾਡੇ ਘਰ ਦੇ ਬਾਹਰ ਲੋਕ? ਬੂਸਟਰ ਲਵਾਇਆ ਵੀਰੇ ਯਾਰ ਉਹਦਾ ਏਅਰਟੈਲ ਦਾ ਜੀ, ਇਹਨਾਂ ਨੂੰ ਆਪੱਤੀ ਆ ਵੀ ਕਹਿੰਦੇ ਬੂਸਟਰ ਲੱਗਣ ਨਹੀਂ ਦੇਣਾ ਵੀ ਤੁਹਾਨੂੰ ਪੈਸੇ ਆਉਣਗੇ। ਨਹੀਂ, ਕਈ ਇਲਾਕਿਆਂ ਨੂੰ ਅਸੀਂ ਜਿਹੜੇ ਹੁਣ ਉੱਥੇ ਸਾਡੇ ਘਰ ਸਾਡੇ ਕਰੰਟ ਵੀਰੇ ਟਾਵਰ ਚੱਲਦਾ ਨਹੀਂ ਪਿਆ, ਕਰੰਟ ਕਿਵੇਂ ਆਜੂਗਾ? ਚਲਾਇਆ ਜੇ ਮੇਰੇ ਘਰੇ ਪੱਖਾ ਸ਼ਾਰਟ ਆ ਤਾਂ ਕਰੰਟ ਆਊਗਾ। ਲਾਈਟਾਂ ਚੱਲਦੀਆਂ ਨੇ ਹੁਣ ਵੀ, ਚਲਾ ਕੇ ਦੇਖ ਲਓ ਚੱਲਣਗੀਆਂ। ਹਾਂਜੀ, ਉਹੀ ਦੋ ਹੋਣਗੀਆਂ ਜਿਹੜੀ ਬਲਿੰਕ ਕਰਦੀਆਂ ਨੇ। ਇਹ ਕਹਿੰਦੇ ਸਾਰੇ ਘਰਾਂ ਦੇ ਵਿੱਚ ਕਰੰਟ ਆ ਰਿਹਾ, ਲੋਕ ਕਹਿ ਰਹੇ। ਹਾਂਜੀ, ਕੀ ਲੱਗਦਾ ਕੀ ਇਹ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਟਾਵਰ ਲੱਗਿਆ ਹੋਇਆ ਜੀ? ਵੀਰੇ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਟਾਵਰ, ਇਹ ਟਾਵਰ ਮਨਜ਼ੂਰੀ ਵਾਲਾ ਹੈ ਹੀ ਨਹੀਂ ਹੈਗਾ। ਇਹ ਕਿਹੜਾ ਦੂਜਾ ਟਾਵਰ ਆ? ਇਹ ਬੂਸਟਰ ਆ ਯਾਰ, ਸਿਰਫ ਡਾਟਾ ਟ੍ਰਾਂਸਫਰ ਕਰਨ ਵਾਲਾ ਟਾਵਰ ਆ, ਜਿਸ ਹਿਸਾਬ ਨਾਲ ਆਪਾਂ ਨੂੰ ਕੰਪਨੀ ਵਾਲਿਆਂ ਨੇ ਦੱਸਿਆ। ਇੱਕ ਚੀਜ਼ ਹੋਰ ਆ, ਤੁਹਾਡੇ ਮਹੱਲੇ ਵਾਲੇ, ਤੁਹਾਡੇ ਭੈਣ ਭਰਾ ਨੇ, ਕਿਸੇ ਦਾ ਤੁਸੀਂ ਮਹੱਲੇ 'ਚ ਰਹਿੰਦੇ ਹੋ, ਸਾਰਾ ਇਹਨਾਂ ਦੇ ਨਾਲ ਹੀ ਵਰਤਣਾ ਹੁੰਦਾ, ਅਗਰ ਉਹਨਾਂ ਨੂੰ ਕੋਈ ਆਪੱਤੀ ਹੈ ਤਾਂ ਇਹਨੂੰ ਹਟਾਉਣ 'ਚ? ਵੀਰੇ ਯਾਰ ਆਪੱਤੀ ਵਾਲਾ ਤਾਂ ਆਪੱਤੀ ਤਾਂ ਵੀਰੇ ਹਰੇਕ ਬੰਦੇ ਨੂੰ ਹਰੇਕ ਕੰਮ ਤੋਂ ਹੀ ਹੁੰਦੀ ਹੈ। ਕੌਣ ਜਰਦਾ ਹੁੰਦਾ ਕਿਸੇ ਨੂੰ ਰੋਟੀ ਖਾਂਦਾ ਦੇਖ ਕੇ? ਦੱਸ ਦੇ, ਮੈਂ ਤੂੰ ਆਪ ਦੱਸ ਦੇ, ਮੈਨੂੰ ਇਹ ਦੱਸ ਦੇ ਵੀ ਆਪਣਾ ਡੱਬ ਆ ਕਿਹੜੀ ਆ, ਪੌਣੇ ਸੱਤ ਚੌਂਕੀ ਆ ਨਾ, ਉਹਦੇ ਨਾਲ ਟਾਵਰ ਲੱਗਿਆ ਹੋਇਆ, ਠੀਕ ਹੈ? ਗਿੱਲ ਚੌਂਕ ਚਲੇ ਜਾਓ, ਆਪਣੀ ਉਹ ਕੀ ਨਾਮ ਆ ਥਾਣਾ, ਉੱਥੇ ਵੀ ਲੱਗਿਆ ਹੋਇਆ। ਫਿਰ ਵੀ ਭਾਜੀ ਸਹਿਮਤੀ ਨਾਲ ਲੱਗਦਾ ਵੀਰੇ, ਆਪਣੀ ਸਹਿਮਤੀ ਦੀ ਗੱਲ ਨਹੀਂ, ਸਹਿਮਤੀ ਦੀ ਗੱਲ ਨਹੀਂ ਹੈਗੀ, ਸਹਿਮਤੀ ਦੀ ਗੱਲ ਥੋੜੀ ਆਪਣੀ ਨਾ 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 ਭਾਜੀ, ਇੱਕ ਮਿੰਟ ਯਾਰ, ਇਹ ਨਹੀਂ ਗੱਲ ਆਪਾਂ ਕਹਿ ਸਕਦੇ ਹੁਣ। ਮੈਂ ਤਾਂ ਦੇਖ ਦਲੀਲ ਹੀ ਨਾ ਹੋਈ ਭਾਜੀ, ਉੱਥੇ ਲੱਗਿਆ ਉੱਥੇ ਖਬਰ। ਮੈਂ ਤਾਂ ਦੇਖ ਸਾਡੇ ਮਹੱਲੇ ਦੇ ਬੰਦੇ ਆ ਪਰੇਸ਼ਾਨ ਆ, ਕੀ ਲੱਗਦਾ ਜੇ ਅਗਰ ਇਹਨਾਂ ਨੂੰ ਕੋਈ ਇਤਰਾਜ਼ ਆ ਸਾਰੇ ਨਾਲ ਗੱਲ ਕਰੀਏ। ਨਹੀਂ ਨਹੀਂ, ਮੈਂ ਤਾਂ ਵੀਰੇ ਦੇਖਾ ਦੇ ਲਿਖ ਕੇ ਆਪਾਂ ਲੈਟਰ ਦਿੱਤੀ ਹੋਈ ਆ ਬੰਦਿਆਂ ਨੂੰ ਵੀ ਹਾਂ ਵੀ ਭਾਜੀ ਮੈਂ ਉਹਨਾਂ ਤੋਂ ਪੈਸੇ ਲਏ ਐਡਵਾਂਸ, ਠੀਕ ਆ? ਮੇਰਾ ਹੈਗਾ ਉਹਨਾਂ ਦਾ ਕੰਟਰੈਕਟ, ਮੇਰਾ ਜਦੋਂ ਕੰਟਰੈਕਟ ਖਤਮ ਹੋਊਗਾ ਮੈਂ ਅਗਲਾ ਮੈਂ ਕਹਿੰਦਾ ਮੈਂ ਟਾਵਰ ਲਾ ਲਓ, ਅਗਲਾ ਕਹਿੰਦਾ ਪੈਸੇ ਦੇ ਦਿਓ ਵੀਰੇ। 3 ਸਾਲ ਦਾ ਕੰਟਰੈਕਟ ਆ ਅਤੇ ਉਦੋਂ ਤੱਕ ਜਿਹੜਾ ਲੋਕ ਵੀਰੇ, ਮੈਂ ਉਹਨਾਂ ਟਾਵਰ ਚੱਲਣਾ ਹੀ ਨਹੀਂ ਉਹਨਾਂ ਟਾਈਮ, ਮੈਂ ਅਗਲਿਆਂ ਨੂੰ ਪਹਿਲਾਂ ਕਹਿਤਾ, ਉਹ ਕਹਿੰਦਾ ਭਾਜੀ ਅਸੀਂ ਐਂ ਕਰਕੇ ਟਾਈਮ ਟਪਾਵਾਂਗੇ ਤੁਹਾਡਾ, ਠੀਕ ਹੈ? ਕੰਪਨੀ ਵਾਲੇ ਹਰੇਕ ਬੰਦੇ ਰੂਲ ਆ, ਕਹਿੰਦਾ ਵੀਰੇ ਉਹ ਸਾਡਾ ਤਾਂ ਕਹਿੰਦਾ ਅਸੀਂ ਵੀ ਅਗਾਂਹ ਜਵਾਬ ਦੇ ਹਾਂ, ਠੀਕ ਹੈ? ਕਹਿੰਦਾ ਅਸੀਂ ਵੀਰੇ ਉਹਨਾਂ ਟਾਈਮ ਕਹਿੰਦਾ ਵੀਰੇ ਉਹ ਕਰਾਂਗੇ, ਇਸ ਤੋਂ ਦੁਬਾਰਾ ਕੋਈ ਨਵਾਂ ਟਾਵਰ ਲਾ ਦੇ। ਇਹ ਚੀਜ਼ ਨਾਲ ਤਾਂ ਕੋਈ ਛੇੜਛਾੜ ਨਹੀਂ, ਮੁੱਲਾ ਨਿਵਾਸੀ ਦੇ ਇੱਕ ਵਿਅਕਤੀ ਕਹਿ ਰਿਹਾ ਵਾ ਭਾਈ ਮੇਰੇ ਹਾਰਡ ਦੇ ਵਿੱਚ ਜਿਹੜੇ ਸਟੰਟ ਪਏ ਆ ਉਹਦੇ ਕਰਕੇ ਮੈਨੂੰ ਦਿੱਕਤ ਹੋ ਰਹੀ ਹੈ ਜੀ। ਹਾਰਟ 'ਚ ਸਟੰਟ ਪਏ, ਮਤਲਬ ਸਟੰਟ ਪਏ ਆ ਜੀ, ਉਹ ਕਹਿੰਦੇ ਮੈਨੂੰ ਦਿੱਕਤ ਹੋ ਰਹੀ ਹੈ, ਕਿਤੇ ਨਾ ਕਿਤੇ ਮੈਨੂੰ ਪ੍ਰੋਬਲਮ ਆ ਰਹੀ ਹੈ ਵੀਰੇ ਹਾਰਟ 'ਚ ਸਟੰਟ। ਐਂ ਤਾਂ ਹੁਣ ਐਂ ਤਾਂ ਮੈਂ ਵੀ ਸ਼ੂਗਰ ਦਾ ਮਰੀਜ਼ ਹੈ ਵੀ ਮੇਰੇ ਤਾਂ, ਮੈਂ ਕਿਹਾ ਟਾਵਰ ਨਾਲ ਹੋ ਗਿਆ, ਮੈਨੂੰ ਇਹ ਦੱਸ ਦਿਓ ਵੀ ਜੇ ਮੈਨੂੰ ਸਾਨੂੰ ਸ਼ੂਗਰ ਹੋ ਗਈ ਤਾਂ ਮੈਂ ਕਿਹਾ ਟਾਵਰ ਨਾਲ ਹੋ ਗਈ। ਇਹ ਤਾਂ ਹੁਣ ਲੋਕਾਂ ਦੀ ਕਹਿ ਕਹਾ ਯਾਰ, ਨਹਿਰ ਤੇ ਨਹਿਰ, ਮੇਰੀ ਗੱਲ ਸੁਣੋ, ਨਹਿਰ ਆ ਠੀਕ ਆ, ਆਵਾਜਾਈ ਵਾਲਾ ਕੰਮ ਆ, ਠੀਕ ਆ? ਤਾਂ 5 ਮਿੰਟ 'ਚ ਐਕਸੀਡੈਂਟ ਹੋ ਜਾ, ਅਗਲਾ ਟਾਵਰ ਨਾ ਹੋ ਗਿਆ ਯਾਰ, ਕਿਸੇ ਮਰੀਜ਼ ਦਾ ਥੋੜ੍ਹੀ ਟਾਵਰ ਕੋਈ ਹੱਲ ਕਰਦਾ ਵੀਰੇ, ਟਾਵਰ ਤਾਂ ਬੰਦ ਆ, ਮੈਂ ਤੁਹਾਨੂੰ ਪਹਿਲਾਂ ਕਹੀ ਜਾਂਦਾ ਟਾਵਰ ਬੰਦ ਆ, ਠੀਕ ਹੈ? ਭਾਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਸਵੇਰੇ ਵੀ ਮੇਰੀ ਗੱਲ ਹੋਈ ਆ ਵੀ ਟਾਵਰ, ਅਗਲਾ ਕਹਿੰਦਾ ਭਾਜੀ ਟਾਵਰ ਹੀ ਪਰਸੋਂ ਲਾਇਆ ਉਹਨਾਂ ਨੇ, ਠੀਕ ਹੈ? ਉਹ ਕਹਿੰਦਾ ਵੀ ਟਾਵਰ ਪਰਸੋਂ ਲੱਗਿਆ ਵਾ, ਉਹ ਕਹਿੰਦਾ ਵੀਰੇ ਅਸੀਂ ਇੱਕ ਵਾਰੀ ਬੈਕ ਬੰਦ ਆ ਵੀਰੇ, ਬੰਦ ਆ, ਕੱਲ੍ਹ 10-15 ਮਿੰਟ ਲਈ ਚਲਾਇਆ ਵਾ ਉਹਨਾਂ ਨੇ ਆਪਦਾ ਬੈਕ ਹੈਡ 'ਤੇ, ਕਹਿੰਦੇ ਉਹ ਕਰਨਾ ਸੀ ਕੋਈ ਅਦਾ। ਮੈਂ ਤਾਂ ਨਾਲ ਆ ਵੀਰੇ ਯਾਰ, ਮੈਂ ਤਾਂ ਪਹਿਲਾਂ ਤਾਂ ਕਹਿ ਕੇ ਟਾਈਮ ਬੰਦ ਕਰਾਉਣ ਵਾਲਾ ਵਾ ਵੀ ਮੈਂ ਦਿੱਤੀ ਹੋਈ ਐਪਲੀਕੇਸ਼ਨ ਯਾਰ, ਹੁਣ ਜੇ ਇਹਨਾਂ ਨੂੰ ਨਹੀਂ ਸਮਝ ਆਉਂਦੀ ਫਿਰ ਮੈਂ ਦੱਸਦੇ ਕੀ ਕਰ ਸਕਦਾ। ਆਪਣੀ ਪਿਛਲੀ ਗੱਲ ਮੇਰੀ ਪਿਛਲੀ ਗੱਲ ਆ ਤੇ ਨਵੰਬਰ ਮਹੀਨੇ ਦੀ ਹੋਈ ਹੋਈ ਆ ਇਹਨਾਂ ਨਾਲ, ਤੁਹਾਨੂੰ ਮੈਂ ਇਹ ਵੀ ਦਿਖਾ ਦਿੰਦਾ।